ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਕਲੋਨ ਸਿੰਘ ਅਗੜਪੁਰੀ ਤੇ ਤੁਸੀਂ ਵੇਖ ਰਹੇ ਹੋ ਜ਼ਮੀਰ ਟੀਵੀ। ਹਾਲ ਮੇਰੇ ਪਿੰਡ ਦਾ ਪ੍ਰੋਗਰਾਮ ਦੇ ਵਿੱਚ ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ। ਅੱਜ ਅਸੀਂ ਪਿੰਡ ਝੂਟ ਪਹੁੰਚੇ ਹੋਏ ਹਾਂ ਜੋ ਦੇਵੀਗੜ੍ਹ ਤੋਂ ਥੋੜ੍ਹੀ ਦੂਰੀ 'ਤੇ ਪੈਂਦਾ ਹੈ। ਔਰ ਇਸ ਪਿੰਡ ਦੀ ਖਾਸੀਅਤ ਇਹ ਹੈ ਕਿ ਪੂਰੇ ਸਨੌਰ ਹਲਕੇ ਦੇ ਵਿੱਚ ਸਭ ਤੋਂ ਜ਼ਿਆਦਾ ਵਿਕਾਸ ਇਸ ਪਿੰਡ ਦੇ ਵਿੱਚ ਹੋਇਆ। ਅਸੀਂ ਪਿੰਡਾਂ ਦੇ ਵਿੱਚ ਜ਼ਮੀਰ ਟੀਵੀ ਵੱਲੋਂ ਸਰਵੇਖਣ ਕੀਤਾ, ਪਿੰਡਾਂ ਦੇ ਵਿੱਚ ਗਏ, ਜਿਨ੍ਹਾਂ ਦੇ ਵਿੱਚ 3-4 ਪਿੰਡ ਅਜਿਹੇ ਆ ਜਿਨ੍ਹਾਂ ਦੇ ਵਿੱਚ ਨੌਜਵਾਨ ਸਰਪੰਚਾਂ ਨੇ ਆਪ ਉੱਦਮ ਕਰਕੇ ਪਿੰਡ ਦਾ ਵਿਕਾਸ ਕਰਵਾਇਆ। ਅੱਜ ਇਸ ਪਿੰਡ ਦੇ ਸਰਪੰਚ ਦੇ ਨਾਲ ਗੱਲ ਕਰਾਂਗੇ, ਪਿੰਡ ਦੀ ਪੰਚਾਇਤ ਦੇ ਨਾਲ ਗੱਲ ਕਰਾਂਗੇ ਅਤੇ ਜਾਣਾਂਗੇ ਕਿ ਉਹਨਾਂ ਨੇ ਕੀ ਵਿਕਾਸ ਕਰਵਾਇਆ। ਅਤੇ ਆਓ ਚੱਲਦੇ ਹਾਂ ਅਤੇ ਗੱਲ ਕਰਦੇ ਹਾਂ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਹੋਰਾਂ ਨਾਲ। ਜੋਗਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਜ਼ਮੀਰ ਟੀਵੀ ਵਾਲਿਆਂ ਨੂੰ ਜੀ ਆਇਆਂ ਆਖਦੇ ਹਾਂ, ਸਾਰੀ ਟੀਮ ਦਾ ਜੀ ਬਹੁਤ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ ਜੀ। ਸਰਪੰਚ ਸਾਹਿਬ, ਤੁਹਾਡੇ ਪਿੰਡ ਦਾ ਨਾਮ ਆ ਰਿਹਾ ਕਿ ਸਾਰੇ ਹਲਕੇ ਦੇ ਵਿੱਚੋਂ ਸਭ ਤੋਂ ਵੱਧ ਤੁਹਾਡੇ ਇੱਥੇ ਵਿਕਾਸ ਹੋਇਆ, ਅਤੇ ਤੁਸੀਂ ਦਰਸ਼ਕਾਂ ਨੂੰ ਥੋੜ੍ਹੀ ਡਿਟੇਲ ਦੇ ਵਿੱਚ ਦੱਸੋ ਕਿ ਕਿਹੜੇ ਕਿਹੜੇ ਕੰਮ ਕਰਵਾਏ ਤੁਸੀਂ। ਠੀਕ ਹੈ। ਸਭ ਤੋਂ ਪਹਿਲਾਂ ਜਿਹੜਾ ਆਪਣੇ ਸਨੌਰ ਹਲਕੇ 'ਚ ਪਹਿਲੇ ਨੰਬਰ 'ਤੇ ਮੇਰੇ ਪਿੰਡ ਦਾ, ਇਸ ਕਰਕੇ ਵੀ ਨਾਂ ਜ਼ਿਆਦਾ ਆ ਰਿਹਾ, ਜਿੱਦਾਂ ਡੇਰਿਆਂ ਦੀ ਸੀਵਰੇਜ ਆਪਣੇ ਸਨੌਰ ਹਲਕੇ 'ਚ ਮੇਰਾ ਪਹਿਲਾ ਹੀ ਪਿੰਡ ਹੋਊਗਾ ਜਿਹੜੀ ਕਿ 40% ਡੇਰੇ ਨੇ, 40% ਡੇਰਿਆਂ ਨੂੰ ਸੀਵਰੇਜ ਦਾ ਕੰਮ ਕਰਾਇਆ ਜੀ। ਇਹ ਸਰਦਾਰ ਹੈਰੀਮਾਨ ਸਾਹਿਬ ਜੀ ਨੇ ਕਰਾਇਆ ਜੀ, ਅਤੇ ਜੋਗਿੰਦਰ ਸਿੰਘ ਕਾਕੜਾ ਜੀ ਦੇ ਸੰਯੋਗ ਨਾਲ ਹੋਇਆ ਜੀ। ਉਸ ਤੋਂ ਬਾਅਦ ਸਾਡੇ ਪਿੰਡ ਦਾ ਦੂਜਾ ਨਾਮ ਇਸ ਕਰਕੇ ਜ਼ਿਆਦਾ ਮਸ਼ਹੂਰ ਹੋ ਗਿਆ ਜੀ, ਜਿਹੜਾ ਸ਼ੈੱਡ ਮੇਰੇ ਪਿੰਡ 'ਚ ਸ਼ੈੱਡ, ਕਿਉਂਕਿ ਸਭ ਤੋਂ ਪਿਛੜਿਆ ਹੋਇਆ ਪਿੰਡ ਸੀਗਾ, ਜਦੋਂ ਇਹ ਗੁਰੂ ਘਰ ਨੂੰ ਮਗਰ ਸਾਹਿਬ ਨੂੰ ਸੜਕ ਮੇਨ ਲੰਘਦੀ ਹੁੰਦੀ ਸੀ ਇਹ ਜਿਹੜੀ ਹੈ, ਉਸ ਟਾਈਮ ਲੋਕ ਦੇਖ ਕੇ ਵੀ ਐਡਾ ਪਿੰਡ ਦਾ ਬੁਰਾ ਹਾਲ ਸੀ ਕਿ ਉਸ ਟਾਈਮ ਵੀ ਦੇਖਦੇ ਸੀ, ਅਤੇ ਅੱਜ ਸਭ ਤੋਂ ਮੇਨ ਸ਼ੈੱਡ ਬਣਾਇਆ ਜੀ, ਇਹ ਮੇਰੇ ਨਗਰ ਦੇ ਸੰਯੋਗ ਨਾਲ ਬਣਿਆ ਜੀ। ਸਰਪੰਚ ਸਾਹਿਬ, ਸ਼ੈੱਡ ਕਿਵੇਂ ਦਾ? ਇਹ ਸ਼ੈੱਡ ਜੀ, ਜਿਵੇਂ ਆਪਾਂ ਇਹਨੂੰ ਅਸੀਂ ਸ਼ੈੱਡ ਕਹਿ ਦਿੰਦੇ, ਵੈਸੇ ਮਿੰਨੀ ਪੈਲਸ ਆਪਾਂ ਜੀ ਕਹਿੰਦੇ ਹਾਂ, ਉਹ ਹੋਏ ਜੀ ਇਹ। ਇਹ ਸਾਰੇ ਨਗਰ ਦੇ ਸੰਯੋਗ ਨਾਲ, ਅਤੇ ਕੁਝ NRI ਵੀਰਾਂ ਦੇ ਸੰਯੋਗ ਨਾਲ, ਅਤੇ ਕੁਝ ਪੰਜਾਬ ਪੁਲਿਸ ਅਤੇ ਮੰਨ ਲਓ ਕਿ ਫੌਜ ਦੇ ਨੌਜਵਾਨਾਂ ਦੇ ਸੰਯੋਗ ਨਾਲ ਹੋਇਆ ਜੀ। ਇਹ ਪੈਲਸ ਜਿਹੜਾ ਤੁਹਾਡੇ ਸਰਪੰਚ ਬਣਨ ਤੋਂ ਪਹਿਲਾਂ ਸੀ? ਨਹੀਂ ਜੀ, ਉਸ ਟਾਈਮ ਇੱਥੇ ਜਿਹੜੀ ਪਿੱਛੇ 2 ਕਮਰੇ ਸੀ, ਇਹ ਬਿਲਡਿੰਗ ਬਹੁਤ ਪੁਰਾਣੀ ਸੀ ਜੀ, ਇਹ ਲਪਾਈ ਵੀ ਨਹੀਂ ਸੀ ਹੋਈ, ਇਹ ਮੇਰੇ ਸਭ 'ਚ ਘੱਟੋ ਘੱਟ 20 ਸਾਲ ਪੁਰਾਣੀ ਸੀ ਜੀ, ਅਤੇ ਖੰਜਰ ਬਣਿਆ ਹੋਇਆ ਸੀ, ਥੱਲੇ 3-3-4-4 ਫੁੱਟ ਡੂੰਘਾਈ ਸੀ, ਥੱਲੇ ਅੰਦਰ ਪਾਣੀ ਖੜਿਆ ਰਹਿੰਦਾ ਸੀਗਾ ਜੀ, ਅਸੀਂ ਉਸ ਨੂੰ ਵੀ ਵਿੱਚ ਕਵਰ ਕਰ ਲਿਆ ਜੀ, ਅਤੇ ਉਸ ਦੇ ਨਾਲ 2 ਕਮਰੇ ਹੋਰ ਨੇ ਕਰਕੇ 3-4 ਕਮਰੇ ਬਰਾਂਡਾ ਬਣ ਗਿਆ ਜੀ, ਅਤੇ ਅੱਗੇ ਸ਼ੈੱਡ ਬਣ ਗਿਆ, ਸਮਝੋ ਕਿ ਆਪਣੇ ਪਿੰਡ ਦਾ ਮਿੰਨੀ ਪੈਲਸ ਤਿਆਰ ਹੋਇਆ ਜੀ। ਜਿਵੇਂ ਥਿਆਈ ਹੁੰਦੀ ਸੀ ਪਹਿਲਾਂ ਪਿੰਡਾਂ ਦੇ ਵਿੱਚ, ਜਿਹੜੇ ਜੰਝ ਘਰ ਹੁੰਦੇ ਸੀ ਉਵੇਂ ਸੀ? ਹਾਂਜੀ, ਉਸ ਟਾਈਮ ਇਹ ਵੈਸੇ ਤਾਂ ਬਣਾਇਆ ਹੋਇਆ ਸੀਗਾ, ਵੈਸੇ ਹੀ ਇਹਨਾਂ ਨੇ ਸਕੂਲ ਦੀ ਬਿਲਡਿੰਗ ਵਾਸਤੇ ਹੀ ਬਣਾਇਆ ਸੀ, ਪਰ ਉਸ ਟਾਈਮ ਪਤਾ ਨਹੀਂ ਸਰਪੰਚ ਤੋਂ ਕੀ ਗੱਲ ਹੋਈ, ਉਹਨਾਂ ਨੇ ਥੋੜ੍ਹਾ ਜਿਹਾ ਕਮਰੇ 2 ਖਲੇ ਕਰਕੇ ਛੱਡਤਾ ਜੀ ਵਿੱਚ, ਉਹ ਨਾ ਥਿਆਈ ਸੀਗੀ ਨਾ ਸਕੂਲ ਸੀਗਾ ਜੀ, ਇਹ ਇੱਦਾਂ ਇੱਕ ਸਾਈਡ 'ਤੇ ਹੀ ਪਿਆ ਸੀ, ਅਸੀਂ ਉਹਨੂੰ ਵਿੱਚ ਕਵਰ ਕਰ ਲਿਆ ਜੀ, ਅਤੇ ਉਸ ਦੇ ਨਾਲ ਮਿੰਨੀ ਪੈਲਸ ਬਣਾਤਾ ਜੀ। ਸਰਪੰਚ ਸਾਹਿਬ, ਜਦੋਂ ਅਸੀਂ ਪਿੰਡ ਦੇ ਵਿੱਚ ਦਾਖਲ ਹੋਏ ਹਾਂ, ਅਤੇ ਸਭ ਤੋਂ ਵਧੀਆ ਮੈਨੂੰ ਲੱਗਾ ਕਿ ਗੁਰੂ ਘਰ ਦੀ ਜਿਹੜੀ ਇਮਾਰਤ ਬੜੀ ਵਧੀਆ ਬਣੀ ਆ, ਇਹ ਤੁਸੀਂ ਬਣਵਾਈ ਜਾਂ ਪਹਿਲਾਂ ਤੋਂ ਹੀ ਸੀ? ਗੁਰੂ ਘਰ ਦੀ ਇਮਾਰਤ ਤਾਂ ਪਹਿਲਾਂ ਹੀ ਸੀਗੀ ਜੀ, ਪਰ ਇਸ ਦੇ ਵਿੱਚ ਜਿੱਦਾਂ ਹੁਣ ਉਸ ਤੋਂ ਬਾਅਦ ਪਿੰਡ ਦੇ ਸੰਯੋਗ ਨਾਲ ਅਤੇ NRI ਵੀਰਾਂ ਦੇ ਸੰਯੋਗ ਨਾਲ ਇਸ ਦੇ ਉੱਤੇ 10-12 ਲੱਖ ਰੁਪਇਆ ਲੱਗਾ ਜੀ, ਉਹ ਸਾਰੇ ਨਗਰ ਦੇ ਸੰਯੋਗ ਨਾਲ ਲੱਗਾ, ਪੱਥਰ ਸਾਰੇ ਦੇ ਲਾਇਆ ਜੀ, ਇੱਕ ਗੇਟ ਅਸੀਂ ਮੇਨ ਹੁਣ ਗੁਰੂ ਘਰ ਦਾ ਬਣਾਇਆ ਜੀ, ਇਹ ਆਪਣੀ ਪੰਚਾਇਤ 'ਚ ਹੋਇਆ, ਥੱਲੇ ਲੋਕ ਟਾਇਲ ਲੱਗੀ ਹੈ ਜੀ, ਉੱਪਰ ਵੀ ਕਾਫੀ ਹੋਰ ਕੰਮ ਹੋਇਆ ਜੀ ਇਸ 'ਤੇ। ਮੇਰਾ ਨਾਮ ਹੈ ਬਲਬੀਰ ਸਿੰਘ ਜੀ, ਇੱਥੋਂ ਦਾ ਰਹਿਣ ਵਾਲਾ ਜੀ। ਜੋਗਿੰਦਰ ਸਿੰਘ ਸਰਪੰਚ ਨੇ ਸਾਡੇ ਇੱਥੇ ਪਿੰਡ ਦੇ ਵਿੱਚ ਬਹੁਤ ਕੰਮ ਕੀਤਾ ਜੀ, ਪਿੰਡ ਦਾ, ਗਲੀਆਂ ਦਾ, ਗੁਰਦੁਆਰੇ ਦਾ, ਇੱਧਰ ਸ਼ੈੱਡ ਬਣਾਇਆ ਹੋਇਆ ਜੀ, ਸਾਡੇ ਪਿੰਡ ਦਾ ਬਹੁਤ ਮਤਲਬ ਨੇ, ਬੱਸ ਅੱਡਾ ਵੀ ਬਣਾਇਆ ਹੋਇਆ ਨਾਲ, ਬਹੁਤ ਵਧੀਆ ਕੰਮ ਕੀਤਾ ਹੋਇਆ ਜੀ। ਜੋ ਸਾਡੇ ਪਿੰਡ ਵਿੱਚ ਗੁਰੂ ਘਰ ਤਿਆਰ ਹੋਇਆ ਹੈ ਹੁਣ, ਉਸ ਦੇ ਵਿੱਚ ਸਾਡੇ ਪਿੰਡ ਦੇ ਹੈੱਡ ਗ੍ਰੰਥੀ ਗੁਰਦੇਵ ਸਿੰਘ ਜੀ ਦਾ ਬਹੁਤ ਸੰਯੋਗ ਹੈ, ਉਹਨਾਂ ਦੇ ਭਰਾ NRI ਨੇ, ਉਹਨਾਂ ਨੇ ਵੀ ਬਹੁਤ ਸੰਯੋਗ ਸਾਡੇ ਪਿੰਡ ਦਾ ਕੀਤਾ ਹੈ, ਇਸ ਕਰਕੇ ਪਿੰਡਾਂ ਦੇ ਗ੍ਰੰਥੀ ਤਾਂ ਪਤਾ ਨਹੀਂ ਕੁਛ ਦਿੰਦੇ ਨੇ ਜਾਂ ਨਹੀਂ, ਪਰ ਸਾਡੇ ਪਿੰਡ ਦੇ ਗ੍ਰੰਥੀ ਗੁਰਦੇਵ ਸਿੰਘ ਨੇ ਸਾਡੇ ਪਿੰਡ 'ਚ ਬਹੁਤ ਸੰਯੋਗ ਦਿੱਤਾ। ਜੋਗਿੰਦਰ ਸਿੰਘ ਸਰਪੰਚ, ਨੌਜਵਾਨ ਮੁੰਡਾ ਜੀ, ਬਹੁਤ ਵਧੀਆ ਵਿਕਾਸ ਕਰਾਇਆ, ਬੱਸ ਅੱਡਾ ਬਣਿਆ, ਸ਼ੈੱਡ ਪਾਇਆ, ਗੁਰਦੁਆਰੇ ਸਾਹਿਬ ਦਾ ਕੰਮ ਕਰਾਇਆ, ਗਲੀਆਂ ਬਣੀਆਂ ਨੇ ਜੀ, ਸਕੂਲ 'ਚ ਬਹੁਤ ਵਧੀਆ ਕੰਮ ਕਰਾਇਆ। ਮੈਂ ਕੁਝ ਵੀਰਾਂ ਦੇ ਨਾਮ ਵੀ ਲੈਣਾ ਚਾਹੁੰਦਾ, ਜਿਵੇਂ ਅੰਗਰੇਜ਼ ਸਿੰਘ NRI, ਅਮਨ ਸਿੰਘ NRI, ਉਹਨਾਂ ਦੇ ਡੈਡੀ ਸਤਨਾਮ ਸਿੰਘ ਥਾਣੇਦਾਰ, ਅਤੇ ਬਾਕੀ ਸਾਡੇ ਹੋਰ ਵੀ ਸੱਜਣ ਮਿੱਤਰ ਬਹੁਤ ਜ਼ਿਆਦਾ ਪਿਆਰੇ, ਪਿੰਕਾ NRI ਵੀਰ, ਤਾਂ ਕੁਛ ਹੋਰ ਵੀ ਨੇ, ਇੱਦਾਂ ਦੇ ਕਈਆਂ ਦੇ ਨਾਮ ਨਹੀਂ ਲਿਆ ਗਿਆ ਮੇਰੇ ਤੋਂ,
ਤਾਂ ਇਹਨਾਂ ਦੇ ਸਾਥ ਨਾਲ ਸਾਡੇ ਗੁਰੂ ਘਰ ਸ਼ੈੱਡ ਤਾਂ ਨਗਰ ਦੇ ਸਾਰੇ ਹੀ ਜਿੰਨੇ ਵੀ ਸੱਜਣ ਮਿੱਤਰ ਨੇ ਵੱਡੇ ਛੋਟੇ ਜਿਵੇਂ ਦਾ ਮੰਨ ਲਓ ਕਿ ਬਲਾਦਰੀ ਹਰ ਇੱਕ ਬਲਾਦਰੀ ਨੇ ਆਪਣਾ ਪੂਰਾ ਸਾਥ ਦਿੱਤਾ ਹੈ। ਇਹ ਨਹੀਂ ਗਾ ਕਿ ਮੇਰੇ ਨਾਲ ਕਿਸੇ ਨੇ ਕਿਹਾ ਵੀ ਇਹ ਫਲ ਵੀ ਦੂਜੀ ਪਾਰਟੀ ਦਾ ਹੈ, ਸਾਰਿਆਂ ਤੋਂ ਆਪਣੇ ਰਲ ਕੇ ਉਹਨਾਂ ਨੇ ਸਭ ਪਾਰਟੀਆਂ ਬਾਜੀ ਭੁੱਲ ਕੇ ਮੇਰੇ ਨਾਲ ਖੜ ਕੇ ਸਾਥ ਦਿੱਤਾ ਹੈ। ਸਾਰੇ ਨਗਰ ਨੇ, ਪੰਜਾਬ ਪੁਲਿਸ ਵਿੱਚ ਵੀਰ ਕੁਛ ਨੇ ਮੇਰੇ, ਉਹਨਾਂ ਨੇ ਬਹੁਤ ਸਾਥ ਦਿੱਤਾ ਹੈ। ਫੌਜੀ ਵੀਰ ਵੀ ਨੇ, ਉਹਨਾਂ ਨੇ ਵੀ ਸਾਥ ਬਹੁਤ ਦਿੱਤਾ ਹੈ। ਜਿੱਦਾਂ ਪਟਿਆਲੇ ਸ਼ਹਿਰ 'ਚ ਸਾਡੇ ਰਹਿੰਦੇ ਨੇ ਨਗਰ ਦੇ ਕੁਛ ਮੁਲਾਜ਼ਮ, ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਹੈ। ਹਰਿੰਦਰ ਸਿੰਘ ਹੈਰੀਮਾਂ ਜੀ ਅਤੇ ਆਪਣਾ ਜੋਗਿੰਦਰ ਸਿੰਘ ਕਾਕੜਾ ਜੀ, ਇਹਨਾਂ ਦੇ ਸਦਕਾ ਆਪਣੇ ਇਹਨਾਂ ਨੇ ਸਾਡੇ ਪਿੰਡ ਦਾ ਬਹੁਤ ਕੰਮ ਕਰਾਇਆ ਜੀ। ਇਹਨਾਂ ਨੇ ਕੋਈ ਪਾਰਟੀਬਾਜ਼ੀ ਨਹੀਂ ਰੱਖੀ, ਸਭ ਪਾਰਟੀਬਾਜ਼ੀ ਤੋਂ ਉੱਠ ਕੇ ਮੇਰੇ ਪਿੰਡ 'ਚ ਮੇਰਾ ਸਾਥ ਦਿੱਤਾ ਹੈ। ਬਹੁਤ ਇਹਨਾਂ ਨੇ ਕੁਛ ਕੀਤਾ ਮੇਰੇ ਲਈ। ਬਾਕੀ ਇਹਨਾਂ ਦੀ ਦੇਣ ਹੈ, ਬਦੌਲਤ ਇਹਨਾਂ ਦੀ ਵੀ ਮੇਰੇ ਪਿੰਡ 'ਚ 50 ਸਾਲ ਦਾ ਰਿਕਾਰਡ ਇਹਨਾਂ ਦੀ ਆਇਆਂ ਟੁੱਟਿਆ ਜੀ। ਪਹਿਲਾਂ ਹਾਲਤ ਕਿਹੋ ਜਿਹੀ ਸੀ? ਪਹਿਲਾਂ ਬਹੁਤ ਗੰਭੀਰ ਹਾਲਤ ਸੀ ਜੀ। ਉਸ ਦੀ ਵੀ ਆਪਣੇ ਕੋਲ ਤਸਵੀਰਾਂ ਪਈਆਂ ਹੋਈਆਂ ਨੇ, ਉਹ ਵੀ ਤਸਵੀਰਾਂ ਦਿਖਾ ਦਿਆਂਗੇ ਅਤੇ ਅੱਜ ਦੀਆਂ ਵੀ ਤਸਵੀਰਾਂ ਵੀ ਦਿਖਾ ਦਿਆਂਗੇ ਜੀ ਆਪਾਂ। ਵੀ ਤੁਹਾਡੀ ਪੰਚਾਇਤ ਨੇ ਗੁਰੂ ਘਰ ਦੇ ਉੱਤੇ ਰੀਝ ਦੇ ਨਾਲ, ਸ਼ਰਧਾ ਦੇ ਨਾਲ ਕੰਮ ਕੀਤਾ? ਹਾਂਜੀ, ਪੰਚਾਇਤ ਨੇ ਵੀ ਰੀਝ ਨਾਲ, ਮੇਰੇ ਨਗਰ ਨੇ ਵੀ ਸਾਰੀ ਪਾਰਟੀਬਾਜ਼ੀ ਤੋਂ ਉੱਠ ਕੇ ਇਹ ਗੁਰੂ ਘਰ ਦਾ ਵਿਕਾਸ ਕੀਤਾ ਜੀ। ਸਰਪੰਚ ਸਾਹਿਬ, ਸਾਡੀ ਟੀਮ ਨੇ ਇੱਥੇ ਘੁੰਮ ਕੇ ਦੇਖਿਆ, ਤੁਹਾਡੇ ਪਿੰਡ ਦੇ ਵਿੱਚ ਸਮਾਰਟ ਸਕੂਲ ਬਣਿਆ ਹੋਇਆ। ਉਸ ਸਕੂਲ ਦੇ ਵਿੱਚ ਕਾਫੀ ਖੁਸ਼ ਅਸੀਂ ਅੰਦਰ ਜਾ ਕੇ ਦੇਖਿਆ ਕਿ ਵਾਈਫਾਈ ਕਨੈਕਸ਼ਨ ਹੈ, ਅੰਦਰ LCD ਲੱਗੀ ਹੋਈ ਹੈ, ਇਹ ਵੀ ਤੁਸੀਂ ਬਣਵਾਇਆ? ਹਾਂਜੀ, ਸਭ ਤੋਂ ਪਹਿਲਾਂ ਮੇਰੇ ਪਿੰਡ ਦੇ ਜਿੱਦਾਂ ਸਕੂਲ ਸੀਗਾ ਜੀ, ਇਸ ਦੀ ਚਾਰ ਦੁਆਰੀ ਜਿਵੇਂ ਵਿੱਚ ਪਾਣੀ ਬਹੁਤ ਖੜਦਾ ਸੀ, ਉਸ ਦੇ ਆਪਣੇ ਕੋਲ ਪਹਿਲਾਂ ਵੀ ਰਿਕਾਰਡ ਪਿਆ ਹੋਇਆ, ਹੁਣ ਵਾਲਾ ਵੀ ਤੁਹਾਨੂੰ ਦਿਖਾ ਦਿਆਂਗੇ ਜੀ। ਉਸ ਦੇ ਵਿੱਚ ਪਾਰਕ ਬਣੀ ਹੈ ਜੀ, ਚਾਰ ਦੁਆਰੀ 'ਤੇ 2 ਗੇਟ ਲੱਗੇ ਹੋਏ ਨੇ। ਤਾਂ ਪਹਿਲਾਂ ਬਹੁਤ ਬੱਚਿਆਂ ਦਾ ਇੱਥੇ ਬੁਰਾ ਹਾਲ ਸੀਗਾ ਜੀ, ਇਹ ਹੁਣ ਵਾਈਫਾਈ ਲੱਗੇ ਨੇ ਆਪਣੇ ਪਿੰਡ 'ਚ। ਪਹਿਲਾਂ ਅਸੀਂ ਸਭ ਤੋਂ ਸਕੂਲ 'ਚ ਲਾਇਆ ਸੀਗਾ, ਸਮਾਰਟ ਸਕੂਲ ਆਪਣਾ ਬਣਿਆ, ਉਹ 'ਚ LCD ਵੀ ਹੈ, ਬਾਕੀ ਹਰ ਇੱਕ ਸਹੂਲਤ ਹੈ ਸਕੂਲ 'ਚ। ਤਾਂ ਉੱਥੇ ਬੱਚੇ ਜਿੱਦਾਂ ਕੋਈ ਢਿੱਲਾ ਮੱਠਾ ਜਾਂ ਕੋਈ ਗਰਮੀ ਹੈ, ਉਸ ਦੇ ਲਈ ਪਹਿਣ ਵਾਸਤੇ ਵੀ ਉੱਥੇ ਅੰਦਰ ਗੱਦੇ ਵੀ ਲੱਗੇ ਹੋਏ ਨੇ, ਹਰ ਇੱਕ ਹੀ ਸਹੂਲਤ ਹੈ ਆਪਣੇ ਸਕੂਲ 'ਚ। ਇਹ ਤੁਸੀਂ, ਤੁਹਾਡੀ ਪੰਚਾਇਤ ਨੇ ਬਣਾਇਆ? ਹਾਂਜੀ, ਇਹ ਆਪਣੀ ਪੰਚਾਇਤ 'ਚੋਂ ਜੀ। ਪਹਿਲਾਂ ਤਾਂ ਨਹੀਂ ਸੀ ਹੈਗਾ ਜੀ, ਨਾ ਸਮਾਰਟ ਸੀਗਾ ਨਾ ਵਾਈਫਾਈ ਸੀਗੀ, ਅਤੇ ਨਾ ਹੀ ਇਹ ਸਹੂਲਤਾਂ ਸੀਗੀਆਂ ਜੀ ਬਹਿਣ ਵਾਸਤੇ। ਜਿਵੇਂ ਬੱਚੇ ਦੇ ਹੁਣ ਖਾਣਾ ਵੀ ਬਣਦਾ, ਹਰ ਇੱਕ ਚੀਜ਼ ਹੀ ਬੱਚਿਆਂ ਨੂੰ ਦੁਪਹਿਰੀ ਇੱਥੇ ਮਿਲਦੀ ਹੈ। ਉਸ ਤੋਂ ਬਾਅਦ ਜੀ ਆਪਣੇ ਵਾਈਫਾਈ ਇਕੱਲੇ ਹੀ ਸਕੂਲ 'ਚ ਨਹੀਂ, ਆਂਗਣਵਾੜੀ 'ਚ ਵੀ ਹੈ, ਉਹਨਾਂ ਪੰਚਾਇਤ ਨੂੰ ਵੀ ਦਿੱਤਾ। ਤਾਂ ਆਪਣੀ ਇਸ ਕਰਕੇ 3-4 ਵਾਈਫਾਈ ਨੇ ਹੁਣ ਜੀ। ਇਹ ਹੁਣ ਬਾਕੀ ਪਿੰਡਾਂ 'ਚ ਇਹ ਸਹੂਲਤ ਨਹੀਂ ਆ, ਔਰ ਇਹ ਵੀ ਕਿਹਾ ਜਾ ਰਿਹਾ ਕਿ ਤੁਹਾਡਾ ਨੰਬਰ ਪਹਿਲੇ ਨੰਬਰ ਦੇ ਉੱਤੇ ਪਿੰਡ ਹੈ, ਤੁਹਾਡੇ ਮਨ 'ਚ ਇਹ ਖਿਆਲ ਕਿਵੇਂ ਆਇਆ? ਇਹ ਤਾਂ ਜੀ ਬਾਹਰ ਘੁੰਮਿਆ ਮੈਨੂੰ ਪਤਾ ਲੱਗਾ, ਦੇਖੀਦਾ ਸੀ TV 'ਤੇ, ਦੇਖੀਦਾ ਸੀ ਜਾਂ ਮੋਬਾਈਲਾਂ 'ਚ ਦੇਖੀਦਾ ਸੀ ਵੀ ਫਲਾਣਾ ਪਿੰਡ ਬਹੁਤ ਸੁੰਦਰ, ਅਤੇ ਮੇਰੇ ਮਨ 'ਚ ਵੀ ਇਹ ਸੀਗਾ ਵੀ ਪਰਮਾਤਮਾ ਜੇ ਕਿਤੇ ਟਾਈਮ ਦਿੱਤਾ ਤਾਂ ਅਸੀਂ ਵੀ ਆਪਣੇ ਪਿੰਡ ਨੂੰ ਸਨੌਰ ਹਲਕੇ ਦਾ ਪਹਿਲੇ ਨੰਬਰ 'ਤੇ ਪਿੰਡ ਬਣਾਵਾਂਗੇ। ਕਿ ਜੋ 152 ਪਿੰਡਾਂ 'ਚੋਂ ਮੇਰੇ ਹਿਸਾਬ 'ਚ ਵੀ 150 ਨੰਬਰ 'ਤੇ ਸੀਗਾ ਜਿਹੜਾ ਮੇਰਾ ਪਿੰਡ ਸੀਗਾ। ਅਸੀਂ ਸ਼ਹਿਰਾਂ ਦੇ ਵਿੱਚ ਰਹਿੰਦੇ ਹਾਂ, ਸ਼ਹਿਰਾਂ ਦੇ ਵਿੱਚ ਇਹ ਵੇਖਦੇ ਹਾਂ ਕਿ ਸ਼ਹਿਰਾਂ ਦੀਆਂ ਕਈ ਕਲੋਨੀਆਂ ਦੇ ਵਿੱਚ ਸੀਵਰੇਜ ਨਹੀਂ ਹੁੰਦਾ, ਅਤੇ ਤੁਸੀਂ ਡੇਰਿਆਂ 'ਤੇ ਸੀਵਰੇਜ ਲੈ ਕੇ, ਡੇਰਿਆਂ ਦੇ ਉੱਤੇ ਸੀਵਰੇਜ ਪਾਉਣ ਦੇ ਵਿੱਚ ਕਾਫੀ ਜਿਹੜਾ ਖਰਚਾ ਵੀ ਕਾਫੀ ਹੋਇਆ ਹੋਣਾ, ਅਤੇ ਤੁਹਾਨੂੰ ਮੁਸ਼ਕਿਲ ਵੀ ਆਈ ਹੋਣੀ ਹੈ। ਹਾਂਜੀ, ਇਹ ਇੱਦਾਂ ਜੀ, ਵੇਖੋ ਡੇਰੇ ਵਾਲਿਆਂ ਦੇ ਪਹਿਲਾਂ ਤਾਂ ਸਭ ਨੂੰ ਇਹੀ ਸੀਗਾ ਕਿ ਜਿਹੜੀ ਸੀਵਰੇਜ ਪੈਣੀ, ਖਰੇ ਮੇਨ 1-2 ਹੀ ਡੇਰਿਆਂ ਨੂੰ ਲੱਗਣੀ, ਪਰ ਨਹੀਂ, ਆਪਾਂ ਪਾਰਟੀਬਾਜ਼ੀ ਤੋਂ ਉੱਠ ਕੇ ਇਕੱਲੇ ਇਕੱਲੇ ਘਰ ਦੇ ਨਾਲ ਵਾਅਦਾ ਕੀਤਾ ਸੀਗਾ ਵੀ ਤੁਹਾਡੇ ਇਹ ਇਕੱਲੇ ਇਕੱਲੇ ਡੇਰੇ 'ਚ ਪਹੁੰਚੇਗੀ, ਉਹ ਆਪਾਂ ਬਣਾਈਏ ਜੀ। ਬਾਕੀ ਮੇਨ ਗੱਲ ਇਹ ਹੈ ਜੀ, ਇਸ ਦੇ ਨਾਲ ਨੁਕਸਾਨ ਬਹੁਤ ਸੀ, ਕਿਉਂਕਿ ਝੋਨੇ ਟਾਈਮ ਤਾਂ ਪਾਣੀ ਦਾ ਕੋਈ ਪਤਾ ਨਹੀਂ ਸੀ ਲੱਗਦਾ, ਜਦੋਂ ਕਣਕ ਦਾ ਸਮਾਂ ਹੁੰਦਾ ਸੀਗਾ, ਜੇ ਕਿਸੇ ਦਾ ਨੇੜੇ ਡੇਰੇ 'ਤੇ ਜਗ੍ਹਾ ਹੁੰਦੀ ਸੀ, ਉੱਥੇ ਲੜਾਈ ਬਹੁਤ ਹੁੰਦੀ ਸੀ, ਨਿੱਤ ਦੀ ਮਕਾਲ ਰਹਿੰਦੀ ਸੀ। ਇਸ ਕਰਕੇ ਮੈਂ ਸੋਚਿਆ ਵੀ ਮਕਾਲ ਆਪਾਂ ਜਦੋਂ ਪਿੰਡ 'ਚੋਂ ਹੀ ਖਤਮ ਕਰਨੀ ਹੈ, ਅਸੀਂ ਪਾਰਟੀਬਾਜ਼ੀ ਤੋਂ ਉੱਠ ਕੇ ਇਹ ਪਹਿਲਾਂ ਸਭ ਤੋਂ ਕੰਮ ਸ਼ੁਰੂ ਕੀਤਾ ਸੀਗਾ। ਸਰਪੰਚ ਸਾਹਿਬ, ਇੱਕ ਸਵਾਲ ਪੈਦਾ ਹੁੰਦਾ ਕਿ ਤੁਸੀਂ ਪਿੰਡਾਂ ਦੇ ਪਿੰਡ ਦੇ ਅੰਦਰ ਆਪਣੇ ਜਿਹੜੇ ਮੱਝਾਂ ਵਾਸਤੇ ਲੋਕਾਂ ਲਈ ਸ਼ੈੱਡ ਬਣਵਾਏ ਨੇ, ਪਰ ਉਹ ਮੇਰੇ ਖਿਆਲ 30 ਲੋਕਾਂ ਦੇ ਨੇ, ਤੁਸੀਂ ਕਿਤੇ ਆਪਣੇ ਲੋਕਾਂ ਲਈ ਤਾਂ ਨਹੀਂ ਬਣਾ ਲਏ ਸਿਰਫ? ਨਹੀਂ, ਮੇਨ ਗੱਲ ਤਾਂ ਇਹ ਆ, ਤੁਸੀਂ ਆਪਾਂ ਸਾਰੇ ਨਗਰ ਨੂੰ ਪੁੱਛ ਕੇ ਵੀ ਦੇਖ ਲਓ, ਆਪਣਾ ਸਭ ਤੋਂ ਪਹਿਲਾਂ ਮੈਂ ਗਰੀਬ ਜਨਤਾ ਦੇ ਬਣਵਾਏ ਨੇ ਜੀ। ਇਹ ਜਿਵੇਂ ਗਰੀਬ ਜਨਤਾ ਦੇ ਸੀਗੀ, ਕਿਸੇ ਦੇ ਸ਼ੈੱਡ ਨਹੀਂ ਸੀ ਹੈਗੇ, ਬਹੁਤ ਤੰਗੀਆਂ ਸੀਗੀਆਂ, ਕਿਉਂਕਿ ਪਿਛੜਾ ਹੋਇਆ ਇਲਾਕਾ ਪਿੰਡ ਸੀ ਮੇਰਾ, ਇਸ ਕਰਕੇ ਮੈਂ ਸਭ ਤੋਂ ਪਹਿਲਾਂ ਮਨਰੇਗਾ 'ਚ ਇਹ ਪੜ੍ਹੀ, ਮਨਰੇਗਾ ਦੀ ਕਿਤਾਬ, ਉਸ 'ਚ ਵੇਖਿਆ ਜੀ ਹਰ ਇੱਕ ਚੀਜ਼ ਸਹੂਲਤ ਮਿਲ ਸਕਦੀ। ਮਨਰੇਗਾ ਸਭ ਤੋਂ ਪਹਿਲਾਂ ਅਸੀਂ 6-6 ਪਸ਼ੂਆਂ ਦੇ ਸ਼ੈੱਡ ਬਣਵਾਏ ਪਿੰਡਾਂ ਦੇ ਵਿੱਚ। ਅਸੀਂ ਵੇਖਿਆ ਗਲੀਆਂ ਕਿੰਨੀਆਂ ਵਧੀਆ ਬਣੀਆਂ ਹੋਈਆਂ ਨੇ, ਇੱਧਰ ਅਸੀਂ 9 ਗਜਾ ਪੀਰ ਕੋਲੋਂ ਜਦੋਂ ਲੰਘ ਕੇ ਆਏ ਹਾਂ, ਉਹ ਬੜੀ ਵਧੀਆ ਗਲੀ ਬਣੀ ਹੋਈ ਸੀ। ਇਹ ਗਲੀਆਂ ਪਹਿਲਾਂ ਹੀ ਬਣੀਆਂ ਹੋਈਆਂ ਸੀ ਜਾਂ ਤੁਸੀਂ ਬਣਵਾਈਆਂ?
ਨਹੀਂ ਪਹਿਲਾਂ ਬਿਲਕੁਲ ਕੱਚਾ ਸੀ ਉਹ ਸਾਡੇ ਕੋਲ ਪਹਿਲੀਆਂ ਵੀ ਫੋਟੋਆਂ ਪਈਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾ ਦਿਆਂਗੇ ਜੋ ਅੱਜ ਦੀਆਂ ਫੋਟੋਆਂ ਨੇ ਉਹ ਤੁਸੀਂ ਦੇਖ ਹੀ ਰਹੇ ਹੋ ਵੀ ਜਦੋਂ ਨੌਂਗਜੇ ਪੀਰ ਤੇ ਮਨ ਦੀ ਦੁਨੀਆ ਸਾਰੀ ਸੀ ਇੱਥੇ ਆਉਂਦੀ ਸੀ ਦਰਬਾਰ ਤੇ ਇੱਥੇ ਹਰ ਸਾਲ ਮੇਲਾ ਵੀ ਲੱਗਦਾ ਹੈ ਤਾਂ ਪਰ ਜਦੋਂ ਰਸਤਾ ਕਿਉਂ ਕੁਝ ਇੱਕ ਨਦੀ ਸੀ ਵਿੱਚ ਨਦੀ ਜਦੋਂ ਲੰਘਦੇ ਸੀਗੇ ਉਸ ਟਾਈਮ ਬਹੁਤ ਪਰੇਸ਼ਾਨੀ ਸੀ ਸੰਗਤ ਨੂੰ ਆਉਂਦੀ ਇਸ ਲਈ ਅਸੀਂ ਇੱਕ ਪੁਲੀ ਵੀ ਬਣਵਾਈ ਉੱਥੇ ਤੇ ਉਸ ਤੋਂ ਬਾਅਦ 950 ਮੀਟਰ ਦੀ ਗਲੀ ਵੀ ਜਿਹੜੀ ਲੋਕ ਟਾਲੇ ਸੀ ਆਪ ਲਵਾਈ ਹੈ ਤੁਹਾਡੇ ਪਿੰਡ ਦੇ ਨਾਲ ਲੱਗਦੀਆਂ ਸਰਹੱਦਾਂ ਦੇ ਉੱਤੇ ਜਿਹੜੀਆਂ ਸੜਕਾਂ ਜੁੜਦੀਆਂ ਨੇ ਪਹਿਲਾਂ ਹੜ੍ਹ ਆਉਂਦਾ ਸੀ ਮੈਂ ਵੀ ਇਸ ਇਲਾਕੇ 'ਚ ਘੁੰਮਦਾ ਰਿਹਾ ਅਤੇ ਉਹ ਜਿਹੜੀਆਂ ਸੜਕਾਂ ਸੀ ਉਹਨਾਂ ਦਾ ਬੁਰਾ ਹਾਲ ਸੀ ਇਸ ਸਮੇਂ ਕਾਫੀ ਅੱਛਾ ਲੱਗ ਰਿਹਾ ਕਿ ਜਿਹੜੀਆਂ ਗਲੀਆਂ ਬਣੀਆਂ ਹੋਈਆਂ ਇਹ ਤੁਹਾਡੇ ਟਾਈਮ 'ਤੇ ਬਣੀਆਂ ਜਾਂ ਪਹਿਲਾਂ ਬਣਾਈਆਂ ਗਈਆਂ ਨਹੀਂ ਜੀ ਇਹ ਆਪਣੇ ਹੀ ਟਾਈਮ 'ਚ ਹੁਣ ਬਣੀਆਂ ਨੇ ਇਹ ਵੀ ਮਨਰੇਗਾ 'ਚ ਹੀ ਤਿਆਰ ਹੋਈਆਂ ਨੇ ਜਿਵੇਂ ਮੇਰੇ ਪਿੰਡ ਚੂੰਟ ਤੋਂ ਲੈ ਕੇ ਕਛਵੀ ਦੀ ਹੱਦ ਪਿੰਡ ਮੁਰਾਦ ਮਾਜਰੇ ਦੀ ਹੱਦ ਜਿੱਦਾਂ ਤਿੰਨਾਂ ਪਿੰਡਾਂ ਦੀ ਹੱਦ ਪੈਂਦੀ ਸੀ ਉੱਥੇ ਕੋਈ ਪੰਚਾਇਤ ਨੇ ਪਹਿਲਾਂ ਸੋਚੇ ਨਹੀਂ ਸੀ ਕਿਉਂਕਿ ਹਰ ਕੋਈ ਕਹਿ ਦਿੰਦਾ ਸੀ ਵੀ ਉਹ ਫਲਾਣੇ ਪਿੰਡ ਦੀ ਹੱਦ ਆਪਾਂ ਨਹੀਂ ਬਣਾਉਣੀ ਅਸੀਂ ਫਿਰ ਸਰਪੰਚਾਂ ਨੇ ਮੀਟਿੰਗ ਕਰਕੇ ਵੀ ਸਹਿਮਤੀ ਦੇ ਨਾਲ ਮੈਂ ਉਹਨਾਂ ਦੇ ਨਾਲ ਅਸੀਂ ਸਾਰਿਆਂ ਨੇ ਭਰਾਵਾਂ ਨੇ ਮੀਟਿੰਗ ਜਿਵੇਂ ਕਛਵੀ ਦਾ ਸਰਪੰਚ ਹਰਪ੍ਰੀਤ ਹੈ ਮੁਰਾਦ ਮਾਜਰੇ ਦਾ ਲਖਵਿੰਦਰ ਸਿੰਘ ਹੈ ਅਸੀਂ ਬਹਿ ਕੇ ਸਲਾਹ ਮਸ਼ਵਰਾ ਕੀਤਾ ਵੀ ਆਪਾਂ ਕਿਉਂ ਨਾ ਇਹ ਰਲ ਕੇ ਤੁਸੀਂ ਆਪਣੀ ਹੱਦ ਤੱਕ ਬਣਾਓ ਮੈਂ ਆਪਣੀ ਹੱਦ ਤੱਕ ਬਣਾਉਣਾ ਇਸ ਕਰਕੇ ਸਾਡੇ ਡੇਰਿਆਂ 'ਤੇ ਉਹਨਾਂ ਦੇ ਵੀ ਡੇਰੇ ਲੱਗਦੇ ਸੀ ਮੇਰੇ ਪਿੰਡ ਦੇ ਵੀ ਲੱਗਦੇ ਸੀ ਉਹਨਾਂ ਨੂੰ ਇਕੱਠੀਆਂ ਸੜਕਾਂ ਬਣਾ ਜੋਗਿੰਦਰ ਸਿੰਘ ਜੀ ਪਹਿਲਾਂ ਇਹ ਚਰਚਾ ਹੁੰਦੀ ਸੀ ਕਾਫੀ ਸਾਲ ਪਹਿਲਾਂ ਕਿ ਜਿਹੜਾ ਪੰਚਾਇਤ ਨੂੰ ਗਰਾਂਟਾਂ ਮਿਲਦੀਆਂ ਸੀ ਉਹ ਵੰਡ ਵਰਤ ਕੇ ਵਿੱਚ ਹੀ ਅਫਸਰ ਖਾ ਜਾਂਦੇ ਸੀ ਜਾਂ ਸਰਪੰਚਾਂ ਤੱਕ ਨਹੀਂ ਸੀ ਪਹੁੰਚਦੀਆਂ ਤੁਹਾਡੇ ਤਾਂ ਗਰਾਂਟ ਤੋਂ ਇਲਾਵਾ ਵੀ ਪੈਸਾ ਲੱਗ ਗਿਆ ਤੁਹਾਡੇ ਤੋਂ ਕਿਸੇ ਨੇ ਕਦੇ ਕਮਿਸ਼ਨ ਨਹੀਂ ਮੰਗਿਆ ਨਹੀਂ ਮੇਰੇ ਨਾਲ ਅੱਜ ਤੱਕ ਨਾ ਵੀਡੀਓ ਸਾਹਿਬ ਜਾਂ ਪੰਚਾਇਤੀ ਸੈਕਟਰੀ ਸਾਹਿਬ ਜਾਂ ਪਿੰਡ ਦੇ ਕਿਸੇ ਮੈਂਬਰ ਨੇ ਵੀ ਨਹੀਂ ਕਿਉਂਕਿ ਮੈਂ ਹਰ ਇੱਕ ਨੂੰ ਇਹੀ ਕਿਹਾ ਕਿ ਆਪਣਾ ਕੰਮ ਹੈ ਇੱਕ ਨੰਬਰ 'ਚ ਤੁਸੀਂ ਜਦੋਂ ਮਰਜ਼ੀ ਚੈੱਕ ਕਰਵਾ ਸਕਦੇ ਹੋ ਕਿਉਂਕਿ ਉਸ ਬੰਦੇ ਨੂੰ ਹੁੰਦਾ ਜਿਸ ਨੇ ਕੋਈ ਮਟੀਰੀਅਲ 'ਚ ਹੇਰਾਫੇਰੀ ਕੀਤੀ ਹੈ ਜਾਂ ਕੋਈ ਆਪਾਂ ਨੂੰ ਕੋਈ ਖਤਰਾ ਹੋਏਗਾ ਵੀ ਅਸੀਂ ਬੇਈਮਾਨੀ ਕੀਤੀ ਹੈ ਆਪਾਂ ਆਪਣੇ ਪੱਲਿਓਂ ਲਾ ਕੇ ਸਾਰੇ ਨਗਰ ਨੂੰ ਪਤਾ ਕਿਉਂਕਿ ਮੇਰੇ ਨਗਰ ਨੇ ਨਾਲ ਹੋ ਕੇ ਹੀ ਕੰਮ ਕਰਾਇਆ ਜੀ ਸਰਪੰਚ ਸਾਹਿਬ ਇੱਕ ਚੀਜ਼ ਹੋਰ ਪਿੰਡ ਦੇ ਵਿੱਚ ਲਾਈਟਾਂ ਲੱਗੀਆਂ ਹੋਈਆਂ ਨੇ ਬੜੀਆਂ ਵਧੀਆ ਇੱਕ ਕਸਬੇ ਵਾਂਗ ਲੱਗ ਰਿਹਾ ਪਿੰਡ ਕਿਉਂਕਿ ਇਹ ਜਿਹੜਾ ਸੀ ਹੜ੍ਹਾਂ ਦੀ ਮਾਰ ਦੇ ਵਿੱਚ ਇਲਾਕਾ ਸੀ ਅਤੇ ਇਹ ਪਿੰਡ ਜਿਹੜੇ ਅੱਜ ਤੋਂ 10-15 ਸਾਲ ਪਹਿਲਾਂ ਇੱਥੇ ਵੜਿਆ ਨਹੀਂ ਸੀ ਜਾਂਦਾ ਅੱਜ ਲਾਈਟਾਂ ਵੀ ਲੱਗੀਆਂ ਹੋਈਆਂ ਨੇ ਕੈਮਰੇ ਵੀ ਲੱਗੇ ਹੋਏ ਨੇ ਇਹ ਵੀ ਤੁਹਾਡੀ ਪੰਚਾਇਤ ਨੇ ਬਣਾਏ ਜਾਂ ਇਹ ਵੀ ਕਿਸੇ ਪਹਿਲਾਂ ਨੇ ਕਿਸੇ ਨੇ ਸੋਚਿਆ ਸੀ ਇਹਦੇ ਬਾਰੇ ਨਹੀਂ ਇਹ ਆਪਣੇ ਹੀ ਪੰਚਾਇਤ 'ਚ ਲੱਗੇ ਨੇ ਜਿਵੇਂ ਲਾਈਟਾਂ ਅਸੀਂ ਉਸ ਟਾਈਮ ਲਵਾਈਆਂ ਸੀਗੀਆਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਹੋਣ ਲੱਗੀ ਸੀ ਜੀ ਉਸ ਕਰਕੇ ਫਿਰ ਸਾਰੇ ਨਗਰ 'ਚ ਲਵਾਤੀਆਂ ਜੀ ਕੈਮਰੇ ਵੀ ਅਸੀਂ ਇਸੇ ਕਰਕੇ ਹੀ ਲਵਾਏ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਬਦੀ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਆਪਣੀ ਰੱਖਿਆ ਲਈ ਅਸੀਂ ਕੈਮਰੇ ਸਾਰੇ ਨਗਰ ਦੇ ਵਿੱਚ ਵੀ ਲਵਾਏ ਹੋਏ ਨੇ ਤਾਂ ਗੁਰੂ ਘਰ ਵੀ ਲੱਗੇ ਹੋਏ ਨੇ ਮੇਨ ਸੜਕ 'ਤੇ ਵੀ ਆਉਂਦੇ ਜਾਂਦੇ ਦਾ ਪਤਾ ਲੱਗਦਾ ਵੀ ਕੌਣ ਆਇਆ ਕੌਣ ਗਿਆ ਤਾਂ ਇਸ ਕਰਕੇ ਇਹ ਲਵਾਏ ਸੀਗੇ ਤੁਸੀਂ ਨੌਜਵਾਨ ਸਰਪੰਚ ਹੋ ਅਤੇ ਜਿਹੜੇ ਤੁਹਾਡੇ ਨਾਲ ਮੈਂਬਰ ਨੇ ਪੰਚਾਇਤ ਮੈਂਬਰ ਨੇ ਉਹ ਵੀ ਸਾਰੇ ਨੌਜਵਾਨ ਨੇ ਹਾਂਜੀ ਨੌਜਵਾਨ ਮੁੰਡੇ ਨੇ ਜੀ ਸਾਰੇ ਮੇਰੇ ਨਾਲ ਅੱਜ ਤੱਕ ਮੇਰੇ ਨਾਲ ਜਿੰਨੇ ਵੀ ਮੇਰੇ ਮੈਂਬਰ ਨੇ ਉਹਨਾਂ ਨੇ ਮਤਬਲੀ ਨਹੀਂ ਕਿ ਕੋਈ ਗੱਲ ਵੱਧ ਘੱਟ ਕੀਤੀ ਹੋਵੇ ਉਹ ਕਹਿੰਦੇ ਵੀ ਜੋ ਤੁਸੀਂ ਕਰਦੇ ਪਏ ਹੋ ਬਹੁਤ ਵਧੀਆ ਕਰਦੇ ਪਏ ਹੋ ਮੈਂ ਉਹਨਾਂ ਦੇ ਅੱਗੇ ਜਾ ਕੇ ਰਜਿਸਟਰ ਰੱਖਤਾ ਉਹਨਾਂ ਨੇ ਨਹੀਂ ਪੁੱਛਿਆ ਵੀ ਕੀ ਕੰਮ ਕਰਨਾ ਹੈ ਜਾਂ ਕੀ ਨਹੀਂ ਕਰਨਾ ਕਿਉਂਕਿ ਉਹਨਾਂ ਨੂੰ ਵੀ ਪਤਾ ਕਿ ਮੈਂ ਜੋ ਕੰਮ ਕੀਤਾ ਵੀ ਸਾਰੇ ਨਗਰ ਦੇ ਨਾਲ ਰਲ ਕੇ ਕੀਤਾ ਹੈ ਇਸ ਤੋਂ ਇਲਾਵਾ ਜਿਹੜੇ ਕੰਮ ਨੇ ਰਹਿ ਗਏ ਜਾਂ ਜਿਹੜੇ ਤੁਸੀਂ ਕੀਤੇ ਤੁਹਾਨੂੰ ਯਾਦ ਨਹੀਂ ਰਹੇ ਉਹ ਕੋਈ ਕੰਮ ਹਾਂ ਇੱਦਾਂ ਹੁਣ ਜੀ ਜਿਵੇਂ ਸ਼ਮਸ਼ਾਨ ਘਾਟ 'ਚ ਵੀ ਅਸੀਂ ਸ਼ੈੱਡ ਬਣਵਾਇਆ ਹੋਇਆ ਪਹਿਲਾਂ ਬਾਥਰੂਮ ਨਹੀਂ ਸੀਗੇ ਉਹ ਕਰਾਏ ਹੋਏ ਨੇ ਬਾਕੀ ਥੋੜ੍ਹਾ ਜਿਹਾ ਇਹ ਰਹਿ ਗਿਆ ਜੀ ਮੇਰੇ ਕੋਲ ਪਹਿਲੀਆਂ ਵੀ ਤਸਵੀਰਾਂ ਪਈਆਂ ਅੱਜ ਦੀਆਂ ਵੀ ਜਿੱਦਾਂ ਸਾਡੀ ਹੁਣ 4 ਦੁਆਰੀ ਹੋ ਗਈ ਹੈ ਸ਼ਮਸ਼ਾਨ ਘਾਟ ਦੀ ਉਸਦੀ ਪਲਸਤਰ ਰਹਿੰਦਾ ਹੈ ਗੇਟ ਰਹਿ ਗਿਆ ਜੀ ਅਤੇ ਡੇਰਿਆਂ 'ਤੇ 10% 40 ਚੋਂ ਗਲੀਆਂ ਬਣ ਗਈਆਂ ਸੀਵਰੇਜ ਤਾਂ ਪੂਰੀ ਕੰਪਲੀਟ ਹੈ ਤਾਂ ਉਸ ਦੀ ਇਹੀ ਮੰਗ ਕਰਦੇ ਹਾਂ ਕਿ ਜੋ ਗਲੀਆਂ ਰਹਿ ਗਈਆਂ ਨੇ ਸਾਡੀਆਂ ਉਹ ਵੀ ਛੇਤੀ ਤੋਂ ਛੇਤੀ ਤਿਆਰ ਹੋਣੀਆਂ ਚਾਹੀਦੀਆਂ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਜਿਵੇਂ ਹੁਣ ਤੁਸੀਂ ਇਸ ਪਿੰਡ ਦਾ ਵਿਕਾਸ ਕਰਵਾਇਆ ਲੇਕਿਨ ਬਹੁਤੇ ਪਿੰਡ ਇਹੋ ਜਿਹੇ ਨੇ ਕਿ ਜਿਹੜੇ ਬਹੁਤ ਪਛੜੇ ਹੋਏ ਨੇ ਪੰਚਾਇਤਾਂ ਨੇ ਕੁਛ ਕੀਤਾ ਹੀ ਨਹੀਂ ਉੱਥੇ ਅਤੇ ਤੁਸੀਂ ਪੰਚਾਇਤਾਂ ਨੂੰ ਕੀ ਸਲਾਹ ਦਿਓਗੇ ਅਤੇ ਸਰਕਾਰ ਨੂੰ ਕੀ ਕਹੋਗੇ ਉਹਨਾਂ ਪਿੰਡਾਂ ਬਾਰੇ ਇੱਦਾਂ ਜੀ ਜਦੋਂ ਮੈਂ ਸਰਪੰਚ ਬਣਿਆ ਸੀ ਉਸ ਟਾਈਮ ਮੇਰਾ ਪਿੰਡ ਵੀ 152 ਪਿੰਡਾਂ 'ਚੋਂ ਮੇਰੇ ਹਿਸਾਬ 'ਚ 150 ਨੰਬਰ 'ਤੇ ਸੀਗਾ ਜੀ ਪਰ ਉਸ ਦੇ ਨਾਲ ਮੈਂ ਅੰਦਰ ਬਾਹਰ ਘੁੰਮਣ ਨਾਲ ਪਤਾ ਲੱਗਾ ਸਰਪੰਚ ਵੀਰਾਂ ਨੂੰ ਮੈਂ ਇਹੀ ਕਹਾਂਗਾ ਪਹਿਲਾਂ ਸਭ ਤੋਂ ਤਾਂ ਆਪਾਂ ਨੂੰ ਪੰਚਾਇਤੀ ਬੁੱਕ ਪੜ੍ਹਨੀ ਚਾਹੀਦੀ ਵੀ ਉਸ 'ਚ ਆਪਾਂ ਨੂੰ ਕੀ ਕੀ ਸਹੂਲਤਾਂ ਮਿਲਣੀਆਂ ਨੇ ਅਤੇ ਕਿਵੇਂ ਕਿਵੇਂ ਆਪਾਂ ਲੈਣੀਆਂ ਨੇ ਮਨਰੇਗਾ ਦੀਆਂ ਕਿੱਦਾਂ ਲੈਣੀਆਂ ਨੇ ਅਤੇ ਉਸ ਤੋਂ ਬਾਅਦ ਪੰਜਾਬ ਸਰਕਾਰ ਜਿਵੇਂ 14ਵੀਂ 15ਵੀਂ ਵਿੱਤ ਕਮਿਸ਼ਨ ਦੇ ਇਹ ਕਿੱਦਾਂ ਮਿਲਣੀਆਂ ਨੇ ਅਤੇ ਆਪਾਂ ਲਾਉਣਾ ਬਾਕੀ ਤਾਂ ਪਿੰਡ 'ਚ ਪਤਾ ਹੀ ਹੁੰਦਾ ਵੀ ਕੀ ਸਭ ਤੋਂ ਜ਼ਿਆਦਾ ਘਾਟ ਹੈ ਕਈ ਪਿੰਡਾਂ 'ਚ ਕੀ ਹੁੰਦਾ ਪਾਰਟੀਆਂ ਬਾਜ਼ੀਆਂ ਵੀ ਨਹੀਂ ਕੰਮ ਕਰਨ ਦਿੰਦੀਆਂ
ਕਿਵੇਂ ਅਗਲਾ ਕਹਿੰਦਾ ਵੀ ਇਹ ਸਰਪੰਚ ਕੰਮ ਨਾ ਕਰ ਜੇ, ਪਰ ਮੇਰੇ ਪਿੰਡ 'ਚ ਪਰਮਾਤਮਾ ਦੀ ਕਿਰਪਾ ਨਾਲ ਕਿਸੇ ਨੇ ਵੀ ਕੋਈ ਦਖਲਦਾਜ਼ੀ ਨਹੀਂ ਦਿੱਤੀ, ਸਭ ਨੇ ਮੇਰੇ ਨਾਲ ਖੜ ਕੇ ਕੰਮ ਕਰਾਇਆ ਜੀ। ਬਿਲਕੁਲ, ਅਗਰ ਸਰਪੰਚ ਚਾਹੇ ਤਾਂ ਕੁਛ ਵੀ ਕਰ ਸਕਦਾ ਹੈ, ਕਿਉਂਕਿ ਸਰਪੰਚ ਦੇ ਕੋਲ ਬਹੁਤ ਜ਼ਿਆਦਾ ਅਧਿਕਾਰ ਹੁੰਦੇ ਨੇ। ਉਹ ਸੂਬਾ ਸਰਕਾਰ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਮਦਦ ਲੈ ਕੇ ਵੀ ਪਿੰਡ ਦੀ ਨੁਹਾਰ ਬਦਲ ਸਕਦਾ ਹੈ, ਜਿਵੇਂ ਝੂਠ ਪਿੰਡ ਦੇ ਸਰਪੰਚ ਜੋਗਿੰਦਰ ਸਿੰਘ ਨੇ ਬਦਲੀ ਹੈ। ਜੋਗਿੰਦਰ ਸਿੰਘ ਦੇ ਨਾਲ ਜਿਹੜੇ ਮੈਂਬਰ ਪੰਚਾਇਤ ਨੇ ਉਹ ਵੀ ਸਾਰੇ ਪੜ੍ਹੇ ਲਿਖੇ ਅਤੇ ਨੌਜਵਾਨ ਨੇ। ਨੌਜਵਾਨ ਦਾ ਮਤਲਬ ਇਹ ਨਹੀਂ ਕਿ ਜਿਹੜੇ ਬਜ਼ੁਰਗ ਹੈ ਉਹ ਨਹੀਂ ਕੰਮ ਕਰਵਾ ਸਕਦੇ, ਜਨੂੰਨ ਹੋਣਾ ਚਾਹੀਦਾ, ਔਰ ਇਸ ਪਿੰਡ ਦੇ ਲੋਕਾਂ ਦੇ ਵਿੱਚ ਪੰਚਾਇਤ ਦੇ ਵਿੱਚ ਜਨੂੰਨ ਹੈ। ਜਿਵੇਂ ਅਸੀਂ ਪਿੰਡ ਦੇ ਨੌਜਵਾਨ ਦੇ ਨਾਲ ਗੱਲ ਵੀ ਕੀਤੀ ਕਿ ਪਿੰਡ ਦੇ ਵਿੱਚ ਇਹਨਾਂ ਨੌਜਵਾਨਾਂ ਨੇ ਪਾਰਟੀਬਾਜ਼ੀ ਖਤਮ ਕਰ ਦਿੱਤੀ ਅਤੇ ਪਿੰਡ ਦੇ ਵਿੱਚ ਇੱਕ ਭਾਈਚਾਰਾ ਪੈਦਾ ਕੀਤਾ ਅਤੇ ਅੱਜ ਪਿੰਡ ਜਿਹੜਾ ਆ ਸਨੌਰ ਬਲਾਕ ਦੇ ਵਿੱਚ, ਸਨੌਰ ਹਲਕੇ ਦੇ ਵਿੱਚ ਨੰਬਰ 1 ਪਿੰਡ ਬਣ ਗਿਆ ਆ, ਔਰ ਵਿਕਾਸ ਦੇ ਵਿੱਚ ਇਹਨਾਂ ਨੇ ਇਲਾਕੇ ਦੇ ਵਿੱਚ ਚਰਚਾ ਕਰਵਾਈ ਆ। ਅਜਿਹੇ ਸਰਪੰਚਾਂ ਦੀ ਲੋੜ ਹੈ, ਅਜਿਹੀ ਪੰਚਾਇਤ ਦੀ ਲੋੜ ਹੈ। ਪੰਚਾਇਤ ਦੀ ਬੋਲੀ ਦੇ ਸੰਗਤ ਦੀ ਜਿਹੜੀ ਮਦਦ ਹੈ ਅਤੇ ਜਿਹੜੇ NRI ਨੌਜਵਾਨ ਉਹਨਾਂ ਨੇ ਪੈਸਾ ਦਿੱਤਾ ਅਤੇ ਮਨਰੇਗਾ ਸਕੀਮ ਦੇ ਵਿੱਚੋਂ ਵੀ ਤੁਹਾਨੂੰ ਪੈਸਾ ਆਇਆ ਅਤੇ ਪਿੰਡ ਦੇ ਵਿੱਚ ਜਿਹੜੇ ਕੰਮ ਤੁਸੀਂ ਕਰਵਾਏ ਆ ਇਹ ਤਾਂ ਤੁਹਾਨੂੰ ਲੱਗਦਾ ਸੀ ਵੀ ਇਹ ਜ਼ਰੂਰੀ ਨੇ, ਹੁਣ ਜਿਹੜੇ ਕੰਮ ਰਹਿ ਗਏ ਤੁਹਾਨੂੰ ਲੱਗਦਾ ਕਿ ਇਹ ਕੰਮ ਬਹੁਤ ਜ਼ਰੂਰੀ ਪਰ ਫੰਡ ਨਹੀਂ ਹੈ? ਹਾਂਜੀ, ਜਿਵੇਂ ਹੁਣ ਸਾਡੇ ਕੁਝ ਡੇਰੇ ਜ਼ਿਆਦਾ 40% ਸਾਡੇ ਪਿੰਡ 'ਚ ਡੇਰੇ ਨੇ ਜੀ, ਉਹਨਾਂ 'ਚ ਕੁਝ 10% ਗਲੀਆਂ ਬਣ ਗਈਆਂ, ਬਾਕੀ 40% ਦੀ 40% ਸੀਵਰੇਜ ਵੀ ਪੈ ਗਈ ਹੈ ਜੀ। ਬਾਕੀ ਜਿਹੜੀਆਂ 30% ਗਲੀਆਂ ਰਹਿ ਗਈਆਂ ਨੇ ਉਹਨਾਂ ਲਈ ਵੀ ਸਾਨੂੰ ਚਾਹੀਦਾ ਕੁਛ। ਪਿੰਡ 'ਚ ਜਿੱਦਾਂ ਸਾਡੇ ਸੱਥ ਬਣੀ ਹੋਈ ਹੈ ਪਹਿਲਾਂ, ਉਸ ਦੀ ਰਿਪੇਅਰ ਹਜੇ ਰਹਿੰਦੀ ਹੈ ਜੀ, ਤਾਂ ਸ਼ਮਸ਼ਾਨ ਘਾਟ ਸਾਡੇ ਕੁਛ ਰਹਿ ਗਈਆਂ ਨੇ ਚੀਜ਼ਾਂ ਜੀ, ਜਿਵੇਂ 4 ਦੁਆਰੀ ਬਣੀ ਹੋਈ ਹੈ ਲੇਕਿਨ ਉਹ ਲਪਾਈ ਨਹੀਂ ਹੋਈ, ਉਸ ਦੀ ਲਪਾਈ ਗੇਟ ਲੱਗਣ ਵਾਲਾ ਰਹਿ ਗਿਆ ਜੀ, ਤਾਂ ਬਾਕੀ ਕੁਛ ਹੋਰ ਵੀ ਪਿੰਡ 'ਚ ਕੰਮ ਹੈਗੇ ਨੇ ਜੀ। ਤੁਸੀਂ ਸਰਕਾਰ ਤੋਂ ਕੀ ਮੰਗ ਕਰਦੇ ਹੋ ਕਿ ਹੁਣ ਤੱਕ ਤੁਹਾਡਾ ਸਾਥ ਤਾਂ ਦਿੱਤਾ ਲੇਕਿਨ ਤੁਹਾਡੇ ਮਨ 'ਚ ਥੋੜ੍ਹੀ ਕੋਈ ਗਿਲਾ ਹੋਵੇ ਕਿ ਜੇ ਸਰਕਾਰ ਮਦਦ ਕਰਦੀ ਤਾਂ ਆਹ ਕੰਮ ਵੀ ਅਸੀਂ ਕਰ ਲੈਂਦੇ? ਜੀ ਇੱਦਾਂ ਜੀ, ਸਰਕਾਰ ਨੇ ਦਿੱਤਾ ਸੀ ਤਾਂ ਅੱਗੇ ਵੀ ਕਹਿੰਦੇ ਹਾਂ ਵੀ ਸਾਨੂੰ ਹੋਰ ਦਿਓ, ਜਿਵੇਂ ਸਾਡੇ ਪਿੰਡ 'ਚ ਸ਼ੈੱਡ ਦੇ ਕੰਪਲੀਟ ਹੋ ਗਿਆ ਇੱਕ ਹਿਸਾਬ ਦਾ, ਪਰ ਥੱਲੇ ਜਿੱਦਾਂ ਰਹਿੰਦੇ ਹਜੇ ਲੋਕ ਟਾਇਲ ਲੱਗਣ ਵਾਲੀ ਜੀ, ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਸ਼ਮਸ਼ਾਨ ਘਾਟ 'ਚ ਕੁਛ ਰਹਿੰਦਾ, ਕੁਝ ਸੱਥ 'ਚ ਰਹਿੰਦਾ ਲੱਗਣ ਵਾਲਾ ਜੀ। ਇਹ ਚੀਜ਼ਾਂ ਇੱਕ ਆਪਣੇ ਪਿੰਡ 'ਚ ਪਾਰਕਿੰਗ ਬਣਾਉਣੀ ਚਾਹੁੰਦੇ ਹਾਂ ਜੀ ਅਸੀਂ, ਜਿੱਦਾਂ ਕੋਈ ਹੁਣ ਪਿੰਡ 'ਚ ਗਲੀਆਂ ਛੋਟੀਆਂ ਨੇ, ਹਰ ਇੱਕ ਦੇ ਕੋਲ ਮਸ਼ੀਨਰੀ ਹੈ, ਉਹ ਪਿੰਡ 'ਚ ਨਹੀਂ ਵੜ ਸਕਦੀ, ਉਹਦੇ ਲਈ ਅਸੀਂ ਇੱਕ ਸਾਈਡ 'ਤੇ ਪਾਰਕਿੰਗ ਵੀ ਬਣਾਉਣੀ ਚਾਹੁੰਦੇ ਹਾਂ। ਬਿਲਕੁਲ, ਜਿਵੇਂ ਸਰਪੰਚ ਜੋਗਿੰਦਰ ਸਿੰਘ ਹੋਰਾਂ ਨੇ ਦੱਸਿਆ ਕਿ ਪਿੰਡ ਦਾ ਵਿਕਾਸ ਉਹਨਾਂ ਨੇ ਜਿਹੜਾ ਕਰਵਾਇਆ ਮਨਰੇਗਾ ਸਕੀਮ ਦੇ ਵਿੱਚੋਂ ਪੰਜਾਬ ਸਰਕਾਰ ਤੋਂ, ਅਤੇ ਪਿੰਡ ਦੀ ਸੰਗਤ ਜਿਵੇਂ NRI ਜਿਹੜੇ ਨੌਜਵਾਨ ਬਾਹਰ ਗਏ ਹੋਏ ਉਹਨਾਂ ਨੇ ਵੀ ਪੈਸਾ ਭੇਜਿਆ, ਪਰ ਅਜੇ ਬਹੁਤ ਕੁਛ ਹੋਣ ਵਾਲਾ ਬਾਕੀ ਹੈ। ਹਾਂਜੀ, ਮੈਂ ਇੱਕ ਤੁਹਾਡੇ ਚੈਨਲ ਰਾਹੀਂ ਇੱਕ ਹੋਰ ਮੰਗ ਕਰਨਾ ਚਾਹੁੰਦਾ ਕਿ ਜੋ ਬਹੁਤ ਜ਼ਰੂਰੀ ਹੈ, ਪਿੰਡ ਚੂਹੜ ਤੋਂ ਪਿੰਡ ਸਮਾਨਪੁਰ ਦੀ ਤੱਕ ਪੰਜਾਬ ਸਰਕਾਰ ਤੋਂ, ਪੰਜਾਬ ਮੰਡੀ ਬੋਰਡ ਤੋਂ ਸੜਕ ਦੀ ਮੰਗ ਕਰਦਾ ਜੀ। ਜੋ ਉਸ ਦੇ ਵਿੱਚ ਇੱਕ ਰਸਤਾ ਦੇ ਵਿੱਚ ਪੀਰ ਦੀ ਜਗ੍ਹਾ ਹੈ, ਉਹ ਵੀ ਇਤਿਹਾਸਿਕ ਜਗ੍ਹਾ ਹੈ ਜੀ, ਉਸ ਕਰਕੇ ਵੀ ਦੁਨੀਆ ਆਉਂਦੀ ਬਹੁਤ ਹੈ, ਮੇਲਾ ਲੱਗਦਾ ਹਰ ਸਾਲ, ਬਹੁਤ ਪਰੇਸ਼ਾਨੀ ਹੈ ਜੀ ਉਸ 'ਚ। ਇਸ ਕਰਕੇ ਸਰਕਾਰ ਨੂੰ ਅਰਜ਼ੀਆਂ ਵੀ ਲਿਖ ਕੇ ਦਿੱਤੀਆਂ, ਪਹਿਲੇ ਵੀ ਦਿੱਤੀਆਂ, ਫਿਰ ਮੈਂ ਮੰਗ ਕਰਦਾ ਕਿ ਇਹ ਜਲਦੀ ਤੋਂ ਜਲਦੀ ਬਣਾਈ ਜਾਵੇ ਜੀ। ਹੁਣ ਅਸੀਂ ਪਹੁੰਚੇ ਹਾਂ ਪਿੰਡ ਝੂਠ ਦੀ ਸੱਥ ਦੇ ਵਿੱਚ, ਅਤੇ ਇੱਥੇ ਪਿੰਡ ਦੀ ਸੱਥ ਦੇ ਵਿੱਚ ਬੈਠੇ ਹੋਏ ਲੋਕਾਂ ਤੋਂ ਪੁੱਛਦੇ ਹਾਂ, ਪਿੰਡ ਵਾਸੀਆਂ ਤੋਂ ਪੁੱਛਦੇ ਹਾਂ ਕਿ ਇਸ ਪਿੰਡ ਦਾ ਵਿਕਾਸ ਕਿੰਨਾ ਕੁ ਹੋਇਆ, ਅਤੇ ਆਓ ਗੱਲ ਕਰਦੇ ਹਾਂ। ਹਾਂਜੀ, ਕੀ ਹਾਲ ਚਾਲ ਹੈ ਜੀ? ਬਹੁਤ ਵਧੀਆ ਜੀ। ਕੀ ਨਾਮ ਹੈ ਤੁਹਾਡਾ? ਬਲਕਾਰ ਸਿੰਘ। ਬਲਕਾਰ ਸਿੰਘ ਜੀ, ਤੁਸੀਂ ਰੋਜ਼ ਇੱਥੇ ਆ ਕੇ ਸੱਥ 'ਚ ਬੈਠਦੇ ਹੋ? ਹਾਂਜੀ। ਅਤੇ ਇਸ ਪਿੰਡ ਦਾ ਸਰਪੰਚ ਕੌਣ ਆ ਅਤੇ ਉਹਨੇ ਕਿੰਨਾ ਕੁ ਵਿਕਾਸ ਕਰਵਾਇਆ, ਇਹ ਮਾੜਾ ਜਿਹਾ ਦੱਸੋਗੇ? ਸਰਪੰਚ ਨੌਜਵਾਨ ਮੁੰਡਾ ਜੀ, ਕੰਮ ਦਾ ਸ਼ੌਂਕ ਹੈ, ਬਹੁਤ ਵਧੀਆ ਵਿਕਾਸ ਕੀਤਾ ਉਹਨੇ। ਹੁਣ ਗੱਲ ਕਰਦੇ ਹਾਂ ਮੈਂਬਰ ਪੰਚਾਇਤ ਗੁਰਦੀਪ ਸਿੰਘ ਹੋਰਾਂ ਦੇ ਨਾਲ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਗੁਰਦੀਪ ਸਿੰਘ ਜੀ, ਝੂਠ ਪਿੰਡ ਦੇ ਵਿੱਚ ਚਰਚਾ ਹੋ ਰਹੀ ਹੈ ਕਿ ਬਹੁਤ ਵਿਕਾਸ ਕਰਵਾਇਆ, ਕਿਹੜਾ ਕਿਹੜਾ ਵਿਕਾਸ ਕਰਵਾਇਆ ਗਿਆ? ਵਿਕਾਸ ਜੀ ਤੁਹਾਡੇ ਸਾਹਮਣੇ ਹੀ ਹੈ ਜੀ, ਆਹ ਸ਼ੈੱਡ ਦਾ ਦੇਖ ਲਓ, ਸਕੂਲ, ਗੁਰਦੁਆਰਾ, ਸਾਰਾ ਕੁਛ ਮਤਲਬ ਆਪਾਂ ਕਰਵਾਇਆ ਐਤਕੀ, ਪਹਿਲਾਂ ਕੁਛ ਵੀ ਨਹੀਂ ਸੀਗਾ, ਪਿੰਡ ਦੀਆਂ ਨਾਲੀਆਂ ਗਲੀਆਂ ਸਭ ਕੁਛ ਐਤਕੀ ਕਰਵਾਇਆ ਜੀ। ਡੇਰਿਆਂ ਦਾ ਸੀਵਰੇਜ ਨਹੀਂ ਸੀ ਅੱਜ ਤੱਕ ਪਿਆ ਹੋਇਆ, ਬਹੁਤ ਦਿੱਕਤ ਸੀ ਉਹਨਾਂ ਡੇਰੇ ਵਾਲਿਆਂ ਨੂੰ, ਅਤੇ ਉਹਨਾਂ ਦਾ ਸੀਵਰੇਜ ਲਿਆ ਕੇ ਉਰੇ ਇੱਧਰ ਨਾਲੇ 'ਚ ਸੁੱਟਣਾ ਪਿਆ ਸਾਨੂੰ, ਅਤੇ ਹੋਰ ਵੀ ਜਿਹੜਾ ਮਤਲਬ ਨਿੱਕਾ ਮੋਟਾ ਕੰਮ ਬਹੁਤ ਜ਼ਿਆਦਾ ਕਰਵਾਇਆ ਜੀ। ਹੁਣ ਪਿੰਡ ਦੇ ਇੱਕ ਹੋਰ ਨੌਜਵਾਨ ਪੰਜਾਬ ਸਿੰਘ ਨਾਲ ਗੱਲ ਕਰਦੇ ਹਾਂ ਕਿ ਉਹ ਕੀ ਕਹਿੰਦੇ ਨੇ ਪੰਚਾਇਤ ਬਾਰੇ। ਪੰਜਾਬ ਸਿੰਘ, ਝੂਠ ਪਿੰਡ ਦੀ ਪੰਚਾਇਤ ਨੇ ਹੁਣ ਤੱਕ ਕਿੰਨੇ ਕੁ ਕੰਮ ਕਰਾਏ ਅਤੇ ਜਿਹੜੇ ਕੰਮ ਕਰਾਏ ਤੁਸੀਂ ਖੁਸ਼ ਹੋ? ਬਿਲਕੁਲ ਜੀ, ਖੁਸ਼ ਹਾਂ। ਜੋਗਿੰਦਰ ਸਿੰਘ ਸਰਪੰਚ ਪਿੰਡ ਦਾ ਨੌਜਵਾਨ ਬਣੇ ਹੋਏ ਨੇ, ਸਾਡਾ ਪਹਿਲੋਂ ਸਭ ਤੋਂ ਸ਼ੈੱਡ ਦਾ ਕੰਮ ਕੀਤਾ ਜੀ,
ਫਿਰ ਸ਼ਮਸ਼ਾਨ ਕੱਢਦਾ ਬਹੁਤ ਬੁਰਾ ਹਾਲ ਸੀ ਜੀ। ਸਕੂਲ ਦਾ ਸਾਡਾ ਇੰਨਾ ਹੀ ਬੁਰਾ ਹਾਲ ਸੀ ਵੀ ਜਿਹੜਾ ਵੀ ਆਉਂਦਾ ਸੀ ਗਾਲਾਂ ਹੀ ਕੱਢ ਕੇ ਜਾਂਦਾ ਸੀ ਕਿ ਉਹ ਪਿੰਡ ਸਾਡਾ ਰੋਡ 'ਤੇ ਪੈਂਦਾ ਜੀ। ਇਹ ਚਾਰ ਦੁਆਰੀ ਦਾ ਫਿਰਨੀ ਦਾ ਇਹਦੇ ਪਾਰਕਿੰਗ ਬਣਾਈ, ਪੀਰ ਬਾਬੇ ਸੜਕ ਬਣਾਈ, ਗੁਰੂ ਘਰ ਦਾ ਸਭ ਤੋਂ ਪਹਿਲੋਂ ਕੰਮ ਕੀਤਾ ਜੀ। ਸਾਡੇ ਸੀਵਰੇਜ ਸੀ ਗਲੀਆਂ ਦੀ ਆਪਣੇ ਡੇਰਿਆਂ ਦੀ ਜੀ, ਉੱਥੇ ਵਾਹਦਾ ਮਕਾਲ ਪੈਂਦੀ ਸੀ ਡੇਰਿਆਂ ਦੇ ਆਪਸ 'ਚ। ਪਾਣੀ ਦਾ ਬਹੁਤ ਬੁਰਾ ਹਾਲ ਸੀ, 40 ਸਾਲ ਤੋਂ ਬੁਰਾ ਹਾਲ ਸੀ ਜਿੱਦਣ ਦਾ ਵਿਕਾਸ ਹੋਇਆ। ਉਸ ਤੋਂ ਬਾਅਦ ਸਾਡਾ ਇਹ ਪਿੰਡ ਦਾ ਵਿਕਾਸ ਕੀਤਾ ਜੀ। ਪਾਰਟੀ ਬਾਈ ਤੋਂ ਉੱਠ ਕੇ ਪਿੰਡ ਦਾ ਸਾਰਾ ਵਿਕਾਸ ਕੀਤਾ ਜੀ, ਬਿਲਕੁਲ ਪਾਰਟੀ ਬਾਈ ਨੂੰ ਭੁਲਾ ਗਏ। ਹਰੇਕ ਪਿੰਡ ਦਾ ਸਾਂਝਾ ਕੰਮ ਕੀਤਾ, ਹਰੇਕ ਪਿੰਡ ਦੀ ਗਲੀ ਜੋ ਵੀ ਬਣਨ ਵਾਲੀ ਸੀ ਸਭ ਕੋਈ ਪਿੰਡ ਵਾਸੀਆਂ ਨੇ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਮਦਦ ਕੀਤੀ ਆ? ਬਿਲਕੁਲ ਕੀਤੀ ਹੈ ਜੀ। ਪਾਰਟੀ ਬਾਈ ਉੱਠ ਕੇ ਕੰਮ ਕੀਤੀ, ਸ਼ੈੱਡ ਬਣਿਆ ਸਾਡੇ ਸਾਹਮਣੇ ਪਿੰਡ ਦੇ ਵਿੱਚ, ਸ਼ੈੱਡ ਬਣਿਆ ਹੋਇਆ ਜੀ। ਸਭ ਤੋਂ ਪਾਰਟੀ ਬਾਈ ਉੱਠ ਕੇ ਦਿੱਤੀ ਹੈ। ਸਿਰਫ ਕਹਿੰਦੇ ਸਹਿਯੋਗ ਨਾਲ ਸਰਪੰਚ ਸਾਹਿਬ ਪਹਿਲੋਂ ਬਹੁਤ ਵੀ ਚੱਲੇ ਨੇ, ਸਾਲ ਡੇਢ ਉਹ ਵਹਿੰਦੇ ਰਹਿਣੇ ਵੀ ਸਰਪੰਚ ਸਾਹਿਬ ਪਾਰਟੀ ਬਾਈ ਰੱਖਣਗੇ ਕਿ ਨਹੀਂ ਰੱਖਣਗੇ। ਇਹਨਾਂ ਨੇ ਕੋਈ ਪਾਰਟੀ ਭਿੱਖ ਭੇਜ ਨਹੀਂ ਕੀਤਾ, ਉਸ ਤੋਂ ਉੱਠ ਕੇ ਪਿੰਡ ਦਾ ਵਿਕਾਸ ਕੀਤਾ ਜੀ। ਪੰਚਾਇਤ ਤੋਂ ਤੁਸੀਂ ਕੋਈ ਮੰਗ ਕਰਦੇ ਹੋ ਕਿ ਜਿਹੜਾ ਕੰਮ ਤੁਹਾਨੂੰ ਲੱਗਦਾ ਵੀ ਇਹ ਵੀ ਹੋਣਾ ਚਾਹੀਦਾ ਸੀ? ਬਿਲਕੁਲ ਮੰਗ ਕਰਦੇ ਹਾਂ ਜੀ, ਕਰ ਵੀ ਰਹੇ ਨੇ ਅਤੇ ਅੱਗੋਂ ਮੰਗ ਵੀ ਕਰਦੇ ਹਾਂ। ਇੱਕ ਦੋ ਕੰਮ ਰਹਿੰਦੇ ਨੇ ਸਾਡੇ ਵਿੱਚ ਦੂਰੇ ਨੇ, ਉਹ ਕੰਮ ਹੋਣੇ ਚਾਹੀਦੇ ਨੇ। ਪਿੰਡ ਦੀਆਂ ਜਿਵੇਂ ਡੇਰੇ ਨੇ ਗਲੀਆਂ ਗੁਲੀਆਂ ਸਾਡੀਆਂ ਜੀ, ਅਸੀਂ ਪਿੰਡ ਦੇ ਲੰਬੜਦਾਰ ਹਾਂ ਜੀ। ਬਾਕੀ ਪਿੰਡ ਦੇ ਵਿੱਚ ਇੱਕ ਦੋ ਗਲੀਆਂ ਰਹਿ ਗਈਆਂ ਨੇ, ਬਾਕੀ ਸਰਕਾਰ ਸਮਝੌਤਾ ਦੇ ਅਤੇ ਬਹੁਤ ਕੁਛ ਕਰ ਸਕਦੇ। ਜਿਵੇਂ ਇਹਨਾਂ ਨੂੰ ਸ਼ੌਂਕ ਹੀ ਕੰਮ ਕਰਨਾ, ਬਿਲਕੁਲ ਬਹੁਤ ਸ਼ੌਂਕ ਰੱਖ ਕੇ ਕੰਮ ਕੀਤਾ ਜੀ ਪਿੰਡ ਦਾ ਜੀ। ਬਹੁਤ ਫਰਕ ਪੈ ਗਿਆ ਜੀ, ਅੱਗੇ ਤਾਂ ਕੁਛ ਵੀ ਨਹੀਂ ਸੀ ਬਣਿਆ, ਹੁਣ ਜਿੰਨਾ ਹੋ ਚੁੱਕਿਆ ਕੰਮ ਇਹ ਬਹੁਤ ਵਧੀਆ ਹੋਇਆ ਹੈ। ਸਾਡੇ ਪਿੰਡ ਦੇ ਵਿੱਚ ਪਹਿਲਾਂ ਬਹੁਤ ਬੁਰਾ ਹਾਲ ਸੀਗੇ, 4 ਚਪੇਰੇ, ਹੁਣ ਵਿੱਚ 4 ਚਪੇਰੇ ਸਭ ਗਲੀਆਂ ਬਣ ਗਈਆਂ, ਸੀਵਰੇਜ ਡੇਰੇ ਨੂੰ ਪੈ ਗਿਆ। ਪਹਿਲਾਂ ਕੋਈ ਪਾਣੀ ਦੀ ਨਿਕਾਸੀ ਨਹੀਂ ਸੀ ਜੀ, ਬਹੁਤ ਵਧੀਆ ਕੰਮ ਹੋਇਆ। ਸ਼ੈੱਡ ਛੁੱਡ ਬਣ ਗਿਆ, ਬੱਸ ਅੱਡਾ ਬਣਿਆ ਹੋਇਆ ਜੀ, ਬਹੁਤ ਵਧੀਆ ਦੁਨੀਆ ਆ ਰਹੀ ਹੈ ਜਾ ਰਹੀ ਹੈ ਬੈਠ ਰਹੀ ਹੈ ਆਪਣਾ ਆਰਾਮ ਨਾਲ। ਦੋਸਤੋ, ਹਾਲ ਮੇਰਾ ਪਿੰਡ ਦਾ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਨੂੰ ਹਾਲ ਦਿਖਾਇਆ ਪਿੰਡ ਝੂਟ ਦਾ। ਇਸ ਪਿੰਡ ਦਾ ਹਾਲ ਵੇਖ ਕੇ ਮਨ ਖੁਸ਼ ਹੋਇਆ ਕਿਉਂਕਿ ਪਿੰਡ ਦੀ ਨੌਜਵਾਨ ਪੰਚਾਇਤ ਨੇ ਪਿੰਡ ਦੀ ਨੁਹਾਰ ਬਦਲ ਕੇ ਰੱਖਤੀ। ਇਹ ਸਾਰਾ ਕੁਝ ਕਰਨ ਲਈ ਪੰਚਾਇਤ ਨੂੰ ਜਿੱਥੇ ਸੂਬਾ ਸਰਕਾਰ ਤੋਂ ਮਦਦ ਮਿਲੀ, ਉੱਥੇ ਹੀ ਇਹਨਾਂ ਨੌਜਵਾਨਾਂ ਨੇ ਕੇਂਦਰ ਸਰਕਾਰ ਦੀਆਂ ਸਕੀਮਾਂ ਰਾਹੀਂ ਵੀ ਫੰਡ ਲਿਆਂਦੇ। ਪਿੰਡ ਦੀ ਸੰਗਤ ਅਤੇ ਵਿਦੇਸ਼ਾਂ ਵਿੱਚ ਗਏ ਨੌਜਵਾਨਾਂ ਨੇ ਵੀ ਇਹਨਾਂ ਦੀ ਮਦਦ ਕੀਤੀ। ਇਸ ਪੰਚਾਇਤ ਤੋਂ ਬਾਕੀ ਪੰਚਾਇਤਾਂ ਨੂੰ ਸਬਕ ਲੈਣਾ ਚਾਹੀਦਾ ਹੈ ਅਤੇ ਸਭ ਨੂੰ ਇਸ ਦੀ ਸ਼ਲਾਘਾ ਕਰਨੀ ਚਾਹੀਦੀ ਹੈ। ਮੈਨੂੰ ਦਿਓ ਇਜਾਜ਼ਤ ਅਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਸ਼ੇਅਰ ਕਰਨਾ ਵੀ ਨਾ ਭੁੱਲਣਾ। ਸਤਿ ਸ਼੍ਰੀ ਅਕਾਲ।